ਸਤਿ ਸ਼੍ਰੀ ਅਕਾਲ ਜੀ, ਕੁਲਵਿੰਦਰ ਸਿੰਘ ਅੰਬਲੋ ਤੋਂ। ਸਟੇਲੀਅਨ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਡੇਲੀ ਬੇਸਿਸ 'ਤੇ ਨਵੀਂ ਨਵੀਂ ਨਿਊਜ਼ ਆ ਰਹੀ ਹੈ। ਹੁਣ ਨਵੀਂ ਨਿਊਜ਼ ਇਹ ਆ ਰਹੀ ਹੈ ਵੀ ਆਸਟ੍ਰੇਲੀਅਨ ਗਵਰਨਮੈਂਟ ਸਟੂਡੈਂਟ ਵੀਜ਼ਾ 'ਤੇ ਇੱਕ ਕੈਪਿੰਗ ਲੈ ਕੇ ਆ ਰਹੀ ਹੈ ਵੀ ਇੰਨੇ ਲਿਮਿਟਡ ਨੰਬਰ ਦੇ ਵਿੱਚ ਜਾਂ ਇੰਨੇ ਨੰਬਰ ਦੇ ਵਿੱਚ ਸਟੂਡੈਂਟ ਵੀਜ਼ਾ ਇਸ਼ੂ ਹੋਣਗੇ। ਹੁਣ ਇਸ ਨਿਊਜ਼ ਨੂੰ ਪੋਜ਼ਿਟਿਵਲੀ ਵੀ ਦੇਖਿਆ ਜਾ ਸਕਦਾ, ਨੈਗੇਟਿਵਲੀ ਵੀ ਦੇਖਿਆ ਜਾ ਸਕਦਾ। ਇੱਧਰ ਦੇਖਣ ਦਾ ਨਜ਼ਰੀਆ ਵੀ ਗਲਾਸ ਕਿੰਨਾ ਭਰਿਆ ਅਤੇ ਕਿੰਨਾ ਖਾਲੀ ਹੈ। ਦੇਖਣ ਵਾਲੇ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਸਾਨੂੰ ਜਦੋਂ ਸਿਸਟਮ ਮਿਲ ਜੂਗਾ ਵੀ ਇੰਨੇ ਸਟੂਡੈਂਟ ਵੀਜ਼ਾ ਇਸ਼ੂ ਹੋਣਗੇ, ਤਾਂ ਡੈਫੀਨੇਟਲੀ ਅਸੀਂ ਇਹਨੂੰ ਉਮੀਦ ਕਰ ਰਹੇ ਹਾਂ ਵੀ ਇਹ ਪੋਜ਼ਿਟਿਵ ਨਿਊਜ਼ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਵੀ ਇੱਕ ਲਿਮਿਟ ਰੱਖੀ ਸੀਗੀ ਵੀ ਅਸੀਂ ਇੰਨੇ ਅਮਾਊਂਟ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਇਸ਼ੂ ਕਰਨੇ ਆ। ਜੇ ਆਸਟ੍ਰੇਲੀਅਨ ਗਵਰਨਮੈਂਟ ਵੀ ਇੱਦਾਂ ਦੀ ਕੋਈ ਲਿਮਿਟ ਲੈ ਕੇ ਆ ਰਹੀ ਹੈ ਵੀ ਇੰਨੇ ਨੰਬਰ ਦੇ ਵਿੱਚ ਅਸੀਂ ਸਟੂਡੈਂਟ ਵੀਜ਼ਾ ਇਸ਼ੂ ਕਰਨੇ ਆ, ਤਾਂ ਅਕੋਰਡਿੰਗ ਟੂ ਅਸ ਇਟਸ ਏ ਪੋਜ਼ਿਟਿਵ ਨਿਊਜ਼ ਵੀ ਇੰਨੇ ਨੰਬਰ ਦੇ ਵਿੱਚ ਸਟੂਡੈਂਟ ਵੀਜ਼ਾ ਇਸ਼ੂ ਹੋਣਗੇ। ਦੇਖੋ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਵੀ ਇੱਕ ਚੰਗੀ ਨਿਊਜ਼ ਹੋ ਸਕਦੀ ਹੈ। ਮੇਰੀ ਜਾਣਕਾਰੀ ਲਈ ਤੁਹਾਡੇ ਕੋਈ ਵੀ ਸਵਾਲ ਹੈਗੇ, ਤੁਸੀਂ ਹੁਣ ਗਲੋਬਲ ਦੀ ਟੀਮ ਨੂੰ ਸੰਪਰਕ ਕਰ ਸਕਦੇ। ਸਤਿ ਸ਼੍ਰੀ ਅਕਾਲ।